ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮਾਤਾ ਗੁਜਰੀ ਜੀ ਸੇਵਾ ਸੁਸਾਇਟੀ ਪਟਿਆਲਾ ਵੱਲੋਂ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਸ਼ੁਕਰਾਨਾ ਕੀਤਾ ਗਿਆ ਕਿ ਸੁਸਾਇਟੀ ਨੂੰ ਬਣਿਆ ਲਗਭਗ 25 ਸਾਲ ਹੋ ਗਏ। ਇਹਨਾਂ 25 ਸਾਲਾਂ ਦੌਰਾਨ ਸਮੂਹ ਮੈਂਬਰਾਂ ਪਾਸੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਦੀ ਖਿਮਾ ਯਾਚਨਾ ਕੀਤੀ ਗਈ ਅਤੇ ਮਾਤਾ ਗੁਜਰੀ ਜੀ ਦੇ ਇਸ ਸਾਲ ਆਉਣ ਵਾਲੇ 400 ਸਾਲਾ ਜਨਮ ਸ਼ਤਾਬਦੀ ਲਈ ਅਰਦਾਸ ਬੇਨਤੀ ਕੀਤੀ ਗਈ ਕਿ ਮਾਤਾ ਜੀ ਆਪਣੇ ਦਰ ਦੀਆਂ ਸੇਵਾਵਾਂ ਸਮੂਹ ਮੈਂਬਰਾਂ ਪਾਸੋਂ ਆਖਰੀ ਸਵਾਸਾਂ ਤੱਕ ਲੈਣ। ਮਾਤਾ ਗੁਜਰੀ ਜੀ ਦੇ ਇਸ ਸਾਲ ਆਉਣ ਵਾਲੇ 400 ਸਾਲਾ ਜਨਮ ਸ਼ਤਾਬਦੀ ਲਈ ਅਰਦਾਸ ਬੇਨਤੀ ਕੀਤੀ ਕਿ ਮਾਤਾ ਜੀ ਆਪਣੇ ਦਰ ਦੀਆਂ ਸੇਵਾਵਾਂ ਸਮੂਹ ਮੈਂਬਰਾਂ ਪਾਸੋਂ ਆਖਰੀ ਸਵਾਸਾਂ ਤੱਕ ਲੈਣ। ਇਸ ਮੌਕੇ ਸੁਸਾਇਟੀ ਦੇ ਚੇਅਰਪਰਸਨ ਮੈਡਮ ਜਸਵਿੰਦਰ ਕੌਰ ਦਰਦੀ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੌਰ, ਜੂਨੀਅਰ ਮੀਤ ਪ੍ਰਧਾਨ ਪਰਮਜੀਤ ਕੌਰ ਕੈਸ਼ੀਅਰ, ਗੁਰਪ੍ਰੀਤ ਕੌਰ ਸਕੱਤਰ, ਰਵਿੰਦਰ ਕੌਰ ਪ੍ਰੈਸ ਸਕੱਤਰ ਅਤੇ ਸਮੂਹ ਮੈਂਬਰਾਂ ਨੇ ਹਾਜ਼ਰੀ ਭਰੀ। ਇਸ ਮੌਕੇ ਹਰਮਿੰਦਰਪਾਲ ਸਿੰਘ ਸੱਭਰਵਾਲ ਨੇ ਸੁਸਾਇਟੀ ਦੇ ਮੈਂਬਰਾਂ ਅਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨ ਜੀ।